ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ ਤੁਹਾਡਾ? ਅਕਸਰ ਸੁਣਨ ਵਿੱਚ ਆਇਆ, ਜੇ ਮਨ ਉਦਾਸ ਹੋਵੇ, ਦਿਲ ਭਾਰੀ ਜਿਹਾ ਮਹਿਸੂਸ ਕਰੇ, ਕਿਸੇ ਨਾਲ ਗੱਲਬਾਤ ਕਰਨੀ ਚਾਹੀਦੀ ਆ, ਹੈ ਨਾ? ਜਿਹੜਾ ਸਾਡਾ ਇੰਡੀਅਨ ਕਲਚਰ ਹੈ, ਉਹਦੇ 'ਚ ਤਾਂ ਅਕਸਰ ਕਿਹਾ ਜਾਂਦਾ ਕਿ ਗੱਲਬਾਤ ਕਰਨ ਨਾਲ ਮਨ ਹਲਕਾ ਹੋ ਜਾਂਦਾ, ਹੈ ਨਾ? ਅਤੇ ਮੈਨੂੰ ਪਤਾ ਕੀ ਲੱਗਦਾ, ਗੱਲਬਾਤ ਤਾਂ ਹੀ ਸੰਭਵ ਹੁੰਦੀ ਆ ਜੇ ਬੰਦਾ ਆਹਮਣੇ ਸਾਹਮਣੇ ਬੈਠਾ ਹੋਵੇ। ਸ਼ਾਇਦ ਮੈਨੂੰ ਇਸ ਕਰਕੇ ਲੱਗਦਾ, ਮੈਂ ਛੋਟੇ ਜਿਹੇ ਪਿੰਡ ਵਿੱਚ ਜੰਮਿਆ ਪਲਿਆ ਅਤੇ ਸਾਡੀ ਸਾਰੀ ਜ਼ਿੰਦਗੀ ਤਾਂ ਜਿਸ ਨਾਲ ਵੀ ਗੱਲ ਕਰਨੀ ਹੁੰਦੀ ਸੀ ਫੇਸ ਟੂ ਫੇਸ ਹੀ ਹੁੰਦੀ ਸੀ। ਅਤੇ ਮੈਨੂੰ ਲੱਗਦਾ ਜਿਹੜੇ ਚਿਹਰੇ ਦੇ ਹਾਵ ਭਾਵ ਹੁੰਦੇ ਨਾ, ਉਹ ਸ਼ਬਦਾਂ ਤੋਂ ਕਿਤੇ ਜ਼ਿਆਦਾ ਮੀਨਿੰਗਫੁੱਲ ਹੁੰਦੇ ਨੇ। ਚਲੋ ਵੈਸੇ ਫੋਨ 'ਤੇ ਵੀ ਕਿਸੇ ਦੀ ਆਵਾਜ਼ ਸੁਣ ਲੈਣਾ ਆਰਾਮ ਤਾਂ ਦਿੰਦਾ, ਪਰ ਜਿਹੜਾ ਪੂਰਾ ਅਸਰ ਹੈ ਨਾ ਗੱਲਬਾਤ ਦਾ, ਉਹ ਆਹਮਣੇ ਸਾਹਮਣੇ ਬਹਿ ਕੇ ਹੀ ਹੁੰਦਾ, ਮੈਨੂੰ ਤਾਂ ਇੰਝ ਲੱਗਦਾ। ਬਾਕੀ ਆਪਣੀ ਆਪਣੀ ਰਾਏ ਨਾ। ਬਾਕੀ ਦੇਖ ਲਓ, ਸੋਸ਼ਲ ਮੀਡੀਆ ਕਿੰਨਾ ਵੱਧ ਗਿਆ, ਟੈਕਨੋਲੋਜੀ ਕਿੱਥੇ ਪਹੁੰਚ ਗਈ, 5G, 6G, 4G, ਵਟ ਐਵਰ, ਰਾਈਟ? ਉਲਟਾ ਗਿਣ ਗਿਆ ਵੈਸੇ ਮੈਂ, 3, 4, 5 ਇੱਦਾਂ ਗਏ ਹੋਣਗੇ ਨਾ। ਪਰ ਕੀ ਇਹ ਫਾਸਟ ਕਮਿਊਨੀਕੇਸ਼ਨ ਡਿਵਾਈਸਿਸ ਨਾਲ ਅਸੀਂ ਸੱਚਮੁੱਚ ਜੁੜੇ ਹਾਂ ਇੱਕ ਦੂਸਰੇ ਨਾਲ ਜਾਂ ਟੁੱਟੇ ਹਾਂ? ਅੱਜ ਕੱਲ੍ਹ ਫੋਨ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਕਹਿੰਦੇ ਤਾਂ ਕਾਪੀ ਹੁੰਦੇ ਆ, ਪਰ ਆਪਾਂ ਕਿਹੜੇ ਤਾਂ ਡੋਡੇ ਵਿੱਚ ਨੇ, ਰਾਈਟ? ਪਰ ਪਤਾ ਨਹੀਂ, ਖੈਰ ਚਲੋ, ਆਪਣੇ ਆਪਣੇ ਵਿਚਾਰ ਨੇ ਨਾ। ਅਤੇ ਦੂਸਰੀ ਗੱਲ ਨਾ, ਹਾਂ, ਗੱਲਬਾਤ ਕਰਨਾ ਆਰਾਮ ਜ਼ਰੂਰ ਮਿਲਦਾ। ਦੇਖੋ ਮੈਂ 14 ਸਾਲ ਦਾ ਨਾ ਇੱਕ ਗੱਠ ਵਾਂਗੂ, ਇੱਕ ਜਿਵੇਂ ਹੁੰਦੀ ਨਾ ਗੱਠ ਵਾਂਗ ਵੱਜਿਆ ਹੋਇਆ ਸੀ, ਹੌਲੀ ਹੌਲੀ ਗੱਲਾਂ ਕਰਕੇ ਖੁੱਲਿਆ ਮੈਂ ਨਾ। ਇੱਦਾਂ ਕੈਮਰੇ ਮੂਹਰੇ ਤਾਂ ਮੈਂ ਕਦੀ ਬੈਠ ਹੀ ਨਹੀਂ ਸੀ ਸਕਦਾ, ਸੰਗਦਾ ਹੁੰਦਾ ਸੀ ਕੈਮਰੇ ਤੋਂ, ਤਾਂ ਗੱਲ ਕਰਨ ਤੋਂ ਵੀ ਸੰਗਦਾ ਸੀ। ਹੁਣ ਤਾਂ ਮੈਂ ਬਥੇਰੀਆਂ ਗੱਲਾਂ ਕਰਦਾ, ਹੈ ਨਾ? ਅਤੇ ਇਹ ਫਰਕ ਤਾਂ ਇੱਦਾਂ ਹੀ ਪੈਂਦਾ, ਹੈ ਨਾ? ਚਲੋ ਹੁਣ ਗੱਲ ਕਰਦੇ ਹਾਂ ਵੀ ਇੱਕ ਕਲਚਰਲ, ਜਿਹੜਾ ਕਲਚਰਲ ਡਿਫਰੈਂਸ ਤਾਂ ਹੈ ਹੀ ਆ ਕੈਨੇਡਾ 'ਚ, ਬਾਕੀ ਵੈਦਰ ਦਾ ਵੀ ਬੜਾ ਯੋਗਦਾਨ ਹੈ। ਅੱਜ ਮੈਂ ਬਾਹਰ ਗਿਆ ਸੀ ਅਤੇ ਗੱਡੀਆਂ ਗੱਡੀਆਂ ਵਿਖੀਆਂ ਮੈਨੂੰ, ਕੋਈ ਜੇ ਪੈਦਲ ਤੁਰਦਾ ਵੀ ਦਿਖਿਆ ਨਾ, ਉਹ ਵੱਡੇ ਸਾਰੇ ਟੋਪ 'ਚ ਉਹਦਾ ਚਿਹਰਾ ਛੁਪਿਆ ਹੋਏਗਾ, ਮਤਲਬ ਆਈ ਕੰਟੈਕਟ ਜਾਂ ਫੇਸ ਇੰਪ੍ਰੈਸ਼ਨ ਬਹੁਤ ਘੱਟ ਚਾਂਸ ਹੁੰਦੇ ਆ ਨਾ ਸ਼ੇਅਰ ਕਰਨ ਦੇ। ਪਰ ਮੈਂ ਅਕਸਰ ਉੱਦਾਂ ਪੱਗ ਵੱਜੀ ਹੁੰਦੀ, ਮੈਂ ਟੋਪ ਨਹੀਂ ਲੈਂਦਾ। ਪਰ ਜਾਣੀ ਹੁਣ ਗੱਲਾਂ ਬਾਤਾਂ ਬੰਦਾ ਕਾਰਾਂ ਨਾਲ ਕਰੇ, ਦੱਸੋ ਨਾ, ਕਾਰ 'ਚ ਤਾਂ ਪਤਾ ਨਹੀਂ ਲੱਗਦਾ ਕੌਣ ਬੈਠਾ ਕੌਣ ਨਹੀਂ ਬੈਠਾ, ਸਾਰੀਆਂ ਕਾਰਾਂ ਇੱਕੋ ਜਿਹੀਆਂ ਲੱਗਦੀਆਂ ਰਹਿੰਦੀਆਂ ਮੈਨੂੰ ਤਾਂ, ਹੈ ਨਾ? ਬਾਹਲਾ ਬ੍ਰੈਂਡਾਂ ਦਾ ਵੀ ਸ਼ੌਂਕ ਨਹੀਂ ਆ, ਫਿਰ ਗੱਡੀ ਦਾ ਬ੍ਰੈਂਡ ਹੀ ਦੇਖ ਲਓ, ਸਾਰੀਆਂ ਕਾਰਾਂ ਇੱਕੋ ਜਿਹੀਆਂ ਲੱਗਦੀਆਂ ਰਹਿੰਦੀਆਂ ਮੈਨੂੰ ਤਾਂ। ਅਤੇ ਦੂਜੀ ਗੱਲ ਨਾ, ਜੁੱਗ ਪੁਰਸ਼ ਦੀ ਮੂਵੀ ਦੇ ਵਿੱਚ ਨਾਨਾ ਪਾਟੇਕਰ ਨੂੰ ਨਾ ਗਲਤੀ ਨਾਲ ਪੁਲਿਸ ਸਟੇਸ਼ਨ ਲੈ ਜਾਂਦੇ ਫੜ ਕੇ, ਉਹ ਵੀ ਵਿਚਾਰਾ ਮੇਰੇ ਵਰਗਾ ਭੋਲਾ ਹੁੰਦਾ ਨਾ, ਉਹਨੂੰ ਪੁੱਛਦੇ ਘਰ 'ਚ ਕੌਣ ਕੌਣ, ਕਹਿੰਦਾ ਜੀ ਹਮ 6 ਜਣ। ਕਹਿੰਦੇ 6 ਜਣ ਕੌਣ? ਕਹਿੰਦਾ 4 ਦੀਵਾਰੇ, 6 ਔਰ ਮੈਂ। ਇਹੋ ਜਿਹਾ ਹਾਲ ਹੁੰਦਾ ਦਿਨ ਵੇਲੇ ਕੈਨੇਡਾ ਦੇ ਵਿੱਚ, ਜਿਹੜਾ ਬੰਦਾ ਇਕੱਲਾ ਬੈਠਾ ਘਰੇ, ਹੈ ਨਾ? ਮੈਂ ਤਾਂ ਚਲ ਤਸਵੀਰਾਂ ਨਾਲ ਵੀ ਗੱਲਾਂ ਕਰਦਾ ਰਹਿਣਾ, ਕੰਧਾਂ ਨਾਲੋਂ ਤਾਂ ਬਿਹਤਰ ਹੀ ਹੈ ਤਸਵੀਰਾਂ ਨਾਲ ਗੱਲਾਂ ਕਰਨਾ, ਹੈ ਕਿ ਨਾ? ਚਲੋ ਤੇ ਹੋਰ ਦੱਸਦਾ, ਉਸੇ ਮੂਵੀ ਦੇ ਵਿੱਚ ਨਾ ਜਦੋਂ ਉਹਨੂੰ ਰਿਸੀਵ ਕਰਨੇ ਵਾਲੇ ਆਏ ਨਾਨਾ ਪਾਟੇਕਰ ਨੂੰ, ਜਿਹਦੇ ਕੋਲ ਜਾਣਾ ਹੁੰਦਾ ਨੇ, ਉਹ ਕਹਿੰਦੇ ਸਾਡੇ ਸ਼ਹਿਰ 'ਚ ਆ ਕੇ ਕੀ ਦੇਖਿਆ? ਹੁਣ ਜੋ ਦੇਖਿਆ ਵਿਚਾਰੇ ਨੇ ਉਹੀ ਦੱਸਣਾ, ਕਹਿੰਦਾ ਰੇਲਵੇ ਸਟੇਸ਼ਨ ਦੇਖਿਆ, ਪੁਲਿਸ ਸਟੇਸ਼ਨ ਦੇਖਿਆ, ਹੈ ਨਾ? ਇਹੋ ਜਿਹੇ ਵੀ ਤਜਰਬੇ ਹੁੰਦੇ ਆ ਨਾ, ਹੁਣ ਜੋ ਬੰਦੇ ਨੇ ਦੇਖਿਆ ਉਹੀ ਦੱਸੇਗਾ ਨਾ। ਪਰ ਚੰਗੀ ਗੱਲ ਇਹ ਆ ਬਈ, ਐਡਮਿੰਟਨ ਜਾਣ ਤੋਂ ਬਾਅਦ ਮੈਂ ਐਡਮਿੰਟਨ ਦੀ ਰਿਵਰ ਵੈਲੀ ਸਾਰੀ ਵੇਖ ਲਈ ਹੈ, ਜਿੰਨੇ ਵੀ ਪਾਰਕ ਹੈ 10-12 ਪਾਰਕ ਮੈਂ ਐਕਸਪਲੋਰ ਕਰ ਲਏ ਨੇ, ਸ਼ੁਕਰੀਆ ਦੋਸਤਾਂ ਦਾ ਇਨਕਰੇਜ ਕਰਨ ਲਈ, ਹੈ ਨਾ? ਅਤੇ ਵੈਸੇ ਜਦੋਂ ਮੈਂ ਵੈਂਕੂਵਰ ਸੀ, ਬਹੁਤ ਐਨਰਜੈਟਿਕ ਹੁੰਦਾ ਸੀ ਮੈਂ, ਹੱਸਮੁੱਖ, ਹਰ ਵਕਤ ਨੱਚਦਾ ਕੁੱਦਦਾ। ਅਤੇ ਦੇਖੋ ਉੱਥੇ ਜਿੰਨਾ ਘੁੰਮਿਆ ਫਿਰਿਆ ਮੈਂ, ਐਡਮਿੰਟਨ ਆ ਕੇ ਨਹੀਂ ਹੋਇਆ, ਚਲੋ ਹੁਣ ਵੈਸੇ ਘੁੰਮਾ ਕਰਾਂਗਾ, ਪਰ ਹੈਰਾਨੀ ਦੀ ਗੱਲ ਨਹੀਂ ਹੈ, 2014 ਤੋਂ ਲੈ ਕੇ 2020 ਤੱਕ 6 ਸਾਲ ਮੈਂ ਐਡਮਿੰਟਨ ਨਿਕਲ ਕੇ ਨਹੀਂ ਦੇਖਿਆ ਬਾਹਰ, ਬਸ ਜਿੱਗਿਆ ਆਊਂਗਾ ਡਿਊਟੀ ਤੋਂ ਘਰ, ਘਰ ਤੋਂ ਡਿਊਟੀ, ਦੈਟਸ ਇਟ। ਕਦੀ ਕਦੀ ਬੀਅਰ ਲੈਣ ਚਲ ਜਾਂਦਾ ਸੀ ਪਹਿਲਾਂ ਫਰਾਈਡੇ ਨੂੰ,
बस इन्ना के एडवेंटन देखा सी मैं ते शुक्रिया दोस्तों का यार कुछ तो दिखाया ठीक है शुक्रिया दोस्तों हंसते रहो मुस्कुराते रहो।